ਸਕੂਲ ਦੇ ਕੋਲੋਂ ਪਰੇਸ਼ਾਨੀ ਕੋਈ ਨਹੀਂ ਇਹ ਇੱਕ ਨਹੀਂ ਹੈ ਬੇਗਨ ਨਾ ਮੈਨੂੰ ਕੁਕੜੀ ਵਜ਼ੀਰ ਵਾਲਾ ਕੋਈ ਕਰੀ ਹੈ ਸੁੱਚੇ ਦੇ ਪੈਣ ਉਹਨਾਂ ਹਾਲੀ ਬਸ ਅਗਰ ਉਹ ਇਹ ਆਦੇ ਪੈਣ ਕਿ ਜੀ ਸਾਰੀ ਪੋਜੀਸ਼ਨ ਅੱਛੀ ਹੈ ਤਾਂ ਪਿੱਛੇ ਵਜ਼ੀਰੇ ਕੋਲੋਂ ਅਸਤੀਫੇ ਨਿਭਾ ਕੇ ਕਿਉਂ ਕੀਤੀ ਜਾਂਦਾ ਨਹੀਂ ਤਾਂ ਔਰ ਇੱਕ ਚੀਜ਼ ਤਾਂ ਉਹਨੇ ਕੋ ਸੋਚਣੀ ਚਾਹੀਦੀ ਹੈ ਔਰ ਆਵਾਮ ਕੋ ਵੀ ਸੋਚਣੀ ਚਾਹੀਦੀ ਹੈ ਜਿਹੜਾ ਵਜ਼ੀਰ ਆਪਣੀ ਸੀਟ ਨਹੀਂ ਕੱਢ ਸਕਿਆ ਹੋਏ ਨੇ ਸੂਰਜ ਮੁਖੀਆ ਕੋ ਕੱਢਿਆ ਸੀ ਵਾਲੇਕੁਮ ਅਸਲਾਮ ਕੀ ਹਾਲ ਚਾਲ ਹੈ ਜੀ ਅਲਹਮਦੁਲਿਲਾ ਬਿਲਕੁਲ ਸਰ ਕਿਵੇਂ ਨੇ ਦੇ ਲੋਗੇ ਦਾ ਜਜ਼ਬਾ ਇਤਾਂ ਤੁਸੀਂ ਆਪ ਦੇਖ ਕੇ ਨੋ ਜਲਸਾ ਕੱਲ ਹੈ ਅੱਜ ਸਾਰੇ ਨੌਜਵਾਨ ਆਏ ਹੋਏ ਨੇ ਔਰ ਕੱਲ੍ਹ ਇਨਸ਼ਾਅੱਲਾ ਤੁਸੀਂ ਦੇਖ ਸਕੋਗੇ ਇਨਸ਼ਾਅੱਲਾ ਤਾਰੀਖੀ ਜਲਸਾ ਸੀ ਸੀਟੇ ਨਾ ਗਾਜ਼ੀ ਖਾਨ ਦੇ ਵਿੱਚ ਖਾਨ ਸਾਹਿਬ ਕੱਲ੍ਹ ਆਉਂਦੇ ਪੈਣ ਔਰ ਤੁਸੀਂ ਦੇਖ ਸਕੋ ਇਨਸ਼ਾਅੱਲਾ ਤਾਰੀਖੀ ਜਲਸਾ ਹੋ ਸੀ ਠੀਕ ਹੈ ਤਾਰੀਖੀ ਜਲਸਾ ਇਮਰਾਨ ਖਾਨ ਦੇ ਵੈਸੇ ਵੀ ਤਾਰੀਖੀ ਜਲਸੇ ਹੁੰਦੇ ਨੇ ਜਿਹੜਾ ਇਲੈਕਸ਼ਨ ਦਿੰਦੇ ਕਿੰਨੇ ਪਰਸੈਂਟ ਤੋਂ ਆਪਣੇ ਉੱਤੇ ਯਕੀਨ ਹੈ ਕਿ ਇਨਸ਼ਾਅੱਲਾ ਸਾ ਵਿਨ ਕਰੇ ਉਸਨੂੰ ਦੇਖੋ ਜਿਹੜੀ ਗੱਦਾਰੀ ਇਹਨਾਂ ਨੇ ਕੀਤੀ ਹੈ ਜਿਹੜੇ ਸਾਰੇ ਮੇਰੇ ਹਰੀਫ ਹਨ ਉਹਨੇ ਇਹ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਰਿਐਕਸ਼ਨ ਹੈ ਔਰ ਇਹ ਮੈਂ ਹੁਣ ਨਹੀਂ ਆਖ ਸਕਦਾ ਜੋ ਕਿੰਨਾ ਪਰਸੈਂਟ ਅਸਾਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਔਰ ਮੈਂ ਕੋਈ ਯਕੀਨ ਹੈ ਇਨਸ਼ਾ ਅੱਲਾਹ ਤਾਲਾ 17 ਤਾਰੀਖ ਨੂੰ ਪੀ ਟੀ ਆਈ ਕਾਮਯਾਬ ਥੀ ਸੀ ਇਮਰਾਨ ਖਾਨ ਨੂੰ ਤੁਹਾਡੇ ਤੇ ਕਿੰਨਾ ਯਕੀਨ ਹੈ ਕੀ ਮਤਲਬ ਕਿ ਤੁਸੀਂ ਸੀਟ ਕੱਢ ਗਏ ਸੋ ਉਹਨੇ ਕੋ ਤਾਂ ਆਪਣੇ ਹਰ ਕੈਂਡੀਡੇਟ ਦੇ ਉੱਤੇ ਯਕੀਨ ਹੁੰਦੇ ਔਰ ਉਹਨੇ ਡਿਊਰਿੰਗ ਇਲੈਕਸ਼ਨ ਕੈਂਪੇਨ ਵੀ ਉਹਨਾਂ ਦੇ ਟੈਲੀਫੋਨ 'ਤੇ ਮੇਰੀ ਉਹਨਾਂ ਨਾਲ ਗੱਲ ਥਈ ਹੈ ਔਰ ਸਾਰੇ ਹੌਸਲਾ ਅਫਜ਼ਾਈ ਕਰ ਰਹੇ ਨੇ ਬਾਕੀ ਮਿਹਨਤ ਅਸਾਂ ਕਰ ਰਹੇ ਪਏ ਇਨਸ਼ਾ ਅੱਲਾਹ ਤਾਲਾ ਔਰ ਉਮੀਦ ਹੈ ਇਨਸ਼ਾ ਅੱਲਾਹ ਸੀਟ ਪੀ ਟੀ ਆਈ ਵਿਨ ਕਰ ਰਹੇ ਸੀ ਸਰਦਾਰ ਅਬਦੁਲ ਕਾਦਰ ਖਾਨ ਤੁਹਾਡੇ ਮੁਕਾਬਲੇ ਤੋਂ ਉੱਤੇ ਨੇ ਅਸਾਂ ਉੱਥੇ ਸਰਵੇ ਕੀਤੇ ਕਿ ਲੋਕ ਉੱਥਾਂ ਅਬਦੁਲ ਕਾਦਰ ਖਾਨ ਵੀ ਕਾਫੀ ਵੈਲਥ ਰੱਖਦੇ ਨੇ ਕਿ ਅਸਾਂ ਅੱਛਾ ਖਾਸਾ ਟਫ ਟਾਈਮ ਡੇ ਸੀ ਇਹ ਉਹਨਾਂ ਦਾ ਵਿਊ ਹੈ ਉਹਨਾਂ ਦਾ ਵਿਊ ਹੈ ਉਹਨਾਂ ਦਾ ਵਿਊ ਤੁਹਾਡਾ ਕੀ ਵਿਊ ਹੈ ਜਿਹੜੇ ਇਲਾਕੇ ਦੇ ਹਾਲਾਤ ਦੇਦੇ ਪਏ ਉਹ ਹਾਲਾਤ ਕੋਲੋਂ ਤਾਂ ਇੱਕ ਬਹੁਤ ਵੱਡਾ ਸਰਪ੍ਰਾਈਜ਼ ਉਹਨਾਂ ਕੋ ਮਿਲਣਾ ਉਹ ਹਾਲੀ ਇਹ ਸੋਚਣ ਦੇ ਪੈਣ ਉਹਨਾਂ ਹਾਲੀ ਬਸ ਅਗਰ ਉਹ ਇਹ ਆਦੇ ਪੈਣ ਕਿ ਜੀ ਸਾਰੀ ਪੋਜੀਸ਼ਨ ਅੱਛੀ ਹੈ ਤਾਂ ਪਿੱਛੇ ਵਜ਼ੀਰੇ ਕੋਲੋਂ ਅਸਤੀਫੇ ਨਿਭਾ ਕੇ ਕਿਉਂ ਕੀਤੀ ਜਾਂਦਾ ਨਹੀਂ ਤਾਂ ਔਰ ਇੱਕ ਚੀਜ਼ ਤਾਂ ਉਹਨੇ ਕੋ ਸੋਚਣੀ ਚਾਹੀਦੀ ਹੈ ਔਰ ਆਵਾਮ ਕੋ ਵੀ ਸੋਚਣੀ ਚਾਹੀਦੀ ਹੈ ਜਿਹੜਾ ਵਜ਼ੀਰ ਆਪਣੀ ਸੀਟ ਨਹੀਂ ਕੱਢ ਸਕਿਆ ਹੋਏ ਨੇ ਸੂਰਜ ਮੁਖੀਆ ਕੋ ਕੱਢਿਆ ਸੀ ਕੰਪੇਨ ਪੂਰੀ ਹੈ 17 ਜੁਲਾਈ ਕੋ ਇਨਸ਼ਾਅੱਲਾ ਜੀ ਹੁਣ ਤਾਂ ਕੱਲ੍ਹ ਦਾ ਨਿਵਾਰ ਹੈ ਕੱਲ੍ਹ ਜਲਸਾ ਹੈ ਠੀਕ ਹੈ ਔਰ ਕੱਲ੍ਹ ਦੇ ਬਾਅਦ ਵੈਸੇ ਕਾਨੂੰਨੀ ਤੌਰ 'ਤੇ ਪਾਬੰਦੀ ਲੱਗ ਪਈ ਸੀ ਕੱਲ੍ਹ ਦੇ ਬਾਅਦ ਕੈਂਪੇਨ ਨਹੀਂ ਥੀ ਸਕਦੀ ਡੂ ਨਿਵਾਰ ਵੈਸੇ ਵੀ ਅਸਾਂ ਆਪਣੇ ਜਿਹੜੇ ਇੰਤਜ਼ਾਮੀ ਅਮੂਰ ਹੁੰਦੇ ਨੇ ਇਲੈਕਸ਼ਨ ਦੇ ਪੋਲਿੰਗ ਏਜੰਟਸ ਲਿਸਟਾਂ ਵਗੈਰਾ ਇਹਦੀ ਤਰਫ ਸਾਰੀ ਤਵੱਜੋ ਸੀ 17 ਕੋ ਇਨਸ਼ਾਅੱਲਾ ਤਾਲਾ ਮੈਚ ਹੈ ਔਰ ਸਾਨੂੰ ਪੂਰੀ ਉਮੀਦ ਹੈ ਇਨਸ਼ਾਅੱਲਾ ਮੈਚ ਪੀ ਟੀ ਆਈ ਜਿੱਤੇ ਸੀ ਪੀ ਟੀ ਆਈ ਨੌਜਵਾਨ ਸਾਰੇ ਪੀ ਟੀ ਆਈ ਦੇ ਨੂਨ ਲੀਗ ਵੀ ਜਿਹੜਾ ਨਾ ਆਪਣਾ ਕੈਂਡੀਡੇਟ ਸਰਦਾਰ ਅਵੈਸ ਖਾਨ ਵੀ ਵਰਕਰੀ ਕਰਨ ਦੇ ਪੈਣ ਤੁਹਾਡੇ ਇਲਾਕੇ 'ਚ ਮੈਂ ਤੁਹਾਨੂੰ ਪਹਿਲੇ ਜ਼ਿਕਰ ਕੀਤੇ ਮੈਂ ਕਿਹਾ ਜਿਹੜਾ ਆਪਣੀ ਸੀਟ ਨਹੀਂ ਜੀਤ ਸਕਦਾ ਉਹ ਇਹਨੇ ਕੋ ਜਿੱਤੇ ਸੀ ਇਹ ਸਾਬਕਾ ਹਲਕੇ ਚੂੰਕਿ ਤਬਦੀਲ ਥਾਏ ਹੋਏ ਨੇ ਉਹ ਹਲਕੇ ਦੇ ਵਿੱਚ ਜਿਹੜੇ ਲਗਾਰੀ ਗਰੁੱਪ ਦੇ ਲੋਕ ਹਨ ਉਹ ਪਹਿਲੇ ਵੀ ਇਹਨੇ ਕੋਈ ਸਪੋਰਟ ਕਰਨ ਦੇ ਪੈਣ ਉਹ ਕੋਈ ਨਵੀਂ ਉਹਦੇ ਵਿੱਚ ਇਜ਼ਾਫਾ ਨਹੀਂ ਥਿਆ ਉਹ ਨੂਨ ਲੀਗ ਦੇ ਲੋਕਾਂ ਨੇ ਪਹਿਲੇ ਵੀ ਇਹਨੇ ਕੋਈ ਸਪੋਰਟ ਕੀਤਾ ਹੋਈ ਹੁਣ ਵੀ ਉਹ ਵਾਲਾ ਆਪਣੇ ਸਪੋਰਟ ਕਰਨ ਦੇ ਪੈਣ ਉਹਨੇ ਕੋ ਸਾਕੂ ਉਹਦੇ ਕੋਲੋਂ ਪਰੇਸ਼ਾਨੀ ਕੋਈ ਨਹੀਂ ਇਹ ਇੱਕ ਨਹੀਂ ਹੈ ਬੇਗਨਾ ਮੈਨੂੰ ਕੁਕੜੀ 'ਚ ਵਜ਼ੀਰ ਵਾਲਾ ਕੋਈ ਕਹਿਣਾ ਹੋਵੇ ਆਪਣੇ ਨੌਜਵਾਨ ਕਿਆ ਪੈਗਾਮ ਦੇ ਸਕਦੇ ਪਾਕਿਸਤਾਨ ਦੀ ਖਾਤਰ ਨਿਕਲੋ ਇਹ ਮੇਰਾ ਇਲੈਕਸ਼ਨ ਨਹੀਂ ਇਹ ਮੇਰੇ ਹਰੀਫਾਂ ਦਾ ਇਲੈਕਸ਼ਨ ਨਹੀਂ ਇਹ ਪਾਕਿਸਤਾਨ ਦੀ ਵਕਾਰ ਪਾਕਿਸਤਾਨ ਦੀ ਖੁਦ ਮੁਖਤਾਰੀ ਪਾਕਿਸਤਾਨ ਦੀ ਸਲਮੀਅਤ ਦਾ ਇਲੈਕਸ਼ਨ ਹੈ ਔਰ ਨਿਕਲੋ ਔਰ ਆਪਣਾ ਵੋਟ ਦਿਓ ਔਰ ਪੀ ਟੀ ਆਈ ਕੋ ਕਾਮਯਾਬ ਕਰੋ ਥੈਂਕ ਯੂ ਸਰ